ਥਾਣਾ ਕਲਰਾਂ ਵਿਖੇ 31 ਨੰਬਰ ਮੁਕਦਮਾ ਜਿਹੜਾ 27 ਤਰੀਕ ਨੂੰ ਦਰਜ ਹੋਇਆ ਆ ਅਤੇ ਦੋਸ਼ੀ ਹੈਗਾ ਮੇਹਰ ਚੰਦ ਸਨਲਬ ਸ਼ੌਂਕੀ ਰਾਮ ਵਾਸੀ ਚੰਡੀਗੜ੍ਹ ਵਡਾਲਾ। ਇਹਨੇ ਬੜੀ ਮਾੜੀ ਕਰਤੂਤ ਕੀਤੀ ਹੈ। ਇਹ ਨਾਨਾ ਹੈਗਾ ਜਿਹਨੇ ਆਪਣੀ ਦੋਤੀ ਜਿਹੜੀ ਚੌਣਾ ਸਾਹਿਬ ਦੀ ਹੈ ਉਹਨੂੰ ਜਿਹੜੀ ਕਿ ਰਹਿੰਦੀ ਸੀ ਇਹਦੀ ਲੜਕੀ ਦੀ ਬਿਮਾਰ ਸੀਗੀ ਅਤੇ ਇਸ ਕਰਕੇ ਉਹ ਇਹ ਲੜਕੀ ਇਹਨਾਂ ਕੋਲ ਨਾਨੇ ਕੋ ਆਈ ਸੀਗੀ। ਸੋ ਉਹਨੂੰ ਦਵਾਈ ਦਵੂਈ ਦੇ ਕੇ ਅਤੇ ਇਹਨੇ ਨਾਲ ਰੇਪ ਕੀਤਾ ਅਤੇ ਲੜਕੀ ਨੇ ਸਵੇਰੇ ਫਿਰ ਆਪਣੀ ਮਾਂ ਨੂੰ ਇਤਲਾਹ ਦਿੱਤੀ ਜਿੱਥੇ ਪਤਾ ਦਰਜ ਹੋਇਆ ਕਿ ਨਾਨੇ ਦੀ ਇਹਦੀ ਰੈਸਟ ਪੈ ਗਈ ਹੈ। ਮੈਡੀਕਲ ਵਗੈਰਾ ਇਹਨਾਂ ਦੇ ਹੋ ਗਏ ਆ। 164 ਦੇ ਬਿਆਨ ਲੜਕੀ ਦੇ ਕਰਾਤੇ ਆ। ਇਹਦੀ ਜਿਹੜੀ ਉਮਰ ਆ ਉਹ ਸਹੀ ਪਤਾ ਕਰਨ ਵਾਸਤੇ ਉਹਦੇ ਵੀ ਜਿਹੜਾ ਸਾਡਾ ਟੈਸਟ ਹੈ ਉਹ ਵੀ ਕਰਵਾ ਰਹੇ ਹਾਂ ਆਪਾਂ, ਤਾਂ ਕਿ ਤਫਤੀਸ਼ ਕੋਈ ਕਮੀ ਨਾ ਆ ਜੀ। ਜੋ ਸਾਡੀ ਹਰ ਕੋਸ਼ਿਸ਼ ਹੋਊਗੀ ਕਿ ਇਹ ਮਾੜੇ ਅਨਸਰ ਨੂੰ ਵੱਧ ਤੋਂ ਵੱਧ ਜਿਹੜੀ ਸਜ਼ਾ ਆ ਉਹ ਦਵਾਈ ਜਾਵੇ। ਇਹ ਪਹਿਲਾਂ ਹੀ ਹਾਂ ਦੋਸ਼ੀ ਰੈਸਟ ਪੈ ਚੁੱਕੀ।